ਸਵੀਟ ਮਾਰਡਨ ਦਾ ਲੇਖ ਤੁਸੀਂ ਲੋਕਪ੍ਰੀਆ ਕਿਵੇਂ ਬਣੋ ਦਾ ਬਾਕੀ ਦਾ ਭਾਗ ਲੋਕਪ੍ਰਿਅਤਾ ਜਾਂ ਸਰਪ੍ਰਿਅਤਾ ਦਾ ਰਸੇ ਹੈ ਕਿ ਜਿਸ ਵੀ ਵਿਅਕਤੀ ਨੂੰ ਮਿਲੋ ਉਸ ਉਤੇ ਅਸਰ ਹੋਵੇ ਕਿ ਤੁਸੀਂ ਉਸ ਵਿੱਚ ਗਹਿਰੀ ਰੁਚੀ ਲੈਂਦੇ ਹੋ ਜੇ ਵਾਸਤਵ ਚ ਤੁਹਾਡੇ ਮਨ ਚ ਦੂਜਿਆਂ ਦੇ ਪ੍ਰਤੀ ਦਿਆਲਤਾ ਤੇ ਕਿਰਪਾ ਦੀ ਭਾਵਨਾ ਹੈ ਜੇ ਤੁਸੀਂ ਸੱਚਮੁੱਚ ਹੋਰਾਂ ਨੂੰ ਪਰਸੰਨ ਕਰਨ ਦੀ ਇੱਛਾ ਰੱਖਦੇ ਹੋ ਤਾਂ ਜਿਆ ਕਰਨ ਚ ਮੁਸ਼ਕਲ ਦਾ ਅਹਿਸਾਸ ਨਹੀਂ ਕਰੋਗੇ ਪਰ ਜੇ ਤੁਸੀਂ ਉਤਸ਼ਾਹੀਣ ਹੋ ਦੂਜਿਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋ ਦੂਰ ਤੇ ਕਟੇ-ਕਟੇ ਰਹਿੰਦੇ ਹੋ ਮੌਨ ਰਹਿੰਦੇ ਹੋ ਸਵਾਰਥੀ ਹੋ ਜੇ ਤੁਸੀਂ ਹਰ ਪ੍ਰਕਾਰ ਨਾਲ ਆਪਣੇ ਆਪ ਜੀ ਲਿਪਤ ਹੋ ਸੋਚਦੇ ਰਹਿੰਦੇ ਹੋ ਕਿ ਤੁਹਾਡਾ ਮਤਲਬ ਕਿਵੇਂ ਪੂਰਾ ਹੋ ਜਾਏ ਜਾਂ ਤੁਹਾਡਾ ਸੁੱਖ ਆਰਾਮ ਕਿਵੇਂ ਵਧੇ ਤਾਂ ਤੁਸੀਂ ਕਦੇ ਵੀ ਲੋਕਪ੍ਰੀਆ ਨਹੀਂ ਬਣ ਸਕਦੇ ਬਹੁਤ ਸਾਰੇ ਲੋਕ ਸਿਰਫ ਇਸੇ ਕਮੀ ਦੇ ਕਾਰਨ ਸਭ ਦੇ ਅਪ੍ਰੀਅ ਬਣ ਜਾਂਦੇ ਆ ਉਹ ਖੁਦ ਨੂੰ ਲੋਕਪ੍ਰੀਆ ਬਣਾਉਣ ਦਾ ਜ਼ਰਾ ਵੀ ਯਤਨ ਨਹੀਂ ਕਰਦੇ ਲੋਕਾਂ ਨੂੰ ਪਿਆਰੇ ਲੱਗਣ ਵਾਲੇ ਗੁਣ ਕਰਮ ਵਿਹਾਰ ਨੂੰ ਸਿੱਖਣ ਦੇ ਲਈ ਉਹ ਯਤਨ ਹੀ ਨਹੀਂ ਕਰਦੇ ਉਹ ਦੂਜਿਆਂ ਨੂੰ ਪ੍ਰਸੰਨ ਕਰਨ ਦੇ ਲਈ ਆਪਣੀ ਸ਼ਕਤੀ ਦੀ ਪਰਖ ਕਦੇ ਨਹੀਂ ਕਰਦੇ ਉਹਨਾਂ ਚੋਂ ਬਹੁਤ ਸਾਰੇ ਤਾਂ ਸੱਚਮੁੱਚ ਇਹ ਹੀ ਸਮਝਦੇ ਐ ਕਿ ਨਮਸਕਾਰ ਸਤਕਾਰ ਕੁਸ਼ਲ ਪ੍ਰਸ਼ਨ ਨਿਮਰ ਵਿਹਾਰ ਮਿੱਠੀ ਭਾਸ਼ਾ ਆਦ ਐਟੀਕੀਟ ਦੀਆਂ ਗੱਲਾਂ ਬਣਾਵਟੀਪਨ ਤੇ ਮੂਰਖਤਾ ਪੂਰਨ ਆਚਰਣ ਐ ਮੈਂ ਇੱਕ ਅਜੇ ਵਿਅਕਤੀ ਨੂੰ ਜਾਣਦਾ ਜੋ ਇਹ ਸਮਝਦਾ ਹੈ ਕਿ ਔਰਤਾਂ ਦੇ ਪ੍ਰਤੀ ਭੱਦਰਤਾ ਦਾ ਵਿਹਾਰ ਕਰਨਾ ਜਾ ਉਹਨਾਂ ਦਾ ਸਤਕਾਰ અભినੰਦਨ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ ਉਹਨਾਂ ਦੀ ਕਿਸੇ ਗਿਰੀ ਚੀਜ਼ ਨੂੰ ਉਠਾ ਕੇ ਚਲਣਾ ਬਸ ਖੁਦ ਉੱਠ ਕੇ ਉਹਨਾਂ ਨੂੰ ਬੈਠਣ ਦੀ ਥਾਂ ਦੇਣੀ ਆਦ ਸੰਕੜੇ ਪ੍ਰਕਾਰ ਦੀਆਂ ਗੱਲਾਂ ਹਨ ਜਿਨ੍ਹਾਂ ਨੂੰ ਕਰਨ ਤੇ ਵਿਅਕਤੀ ਔਰਤਾਂ ਵਿੱਚ ਵੀ ਸراہਣਾ ਪ੍ਰਾਪਤ ਕਰ ਸਕਦਾ ਹੈ ਪੱਧਰਤਾ ਤੇ ਸਜਣਤਾ ਦੀਆਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ 'ਚ ਧਨੀ ਵਿਅਕਤੀ ਵੀ ਇਸ ਪ੍ਰਕਾਰ ਦੇ ਸ਼ਿਸ਼ਟਾਚਾਰ ਤੋਂ ਜ਼ੀਰੋ ਹੈ ਤਾਂ ਉਹ ਵੀ ਸਭ ਦਾ ਪਿਆਰਾ ਨਹੀਂ ਬਣ ਸਕਦਾ ਕੋਮਲਤਾ ਤੇ ਦਿਆਲਤਾ ਦੀ ਭਾਵਨਾ ਦਾ ਪ੍ਰਦਰਸ਼ਨ ਨਿਮਰਤਾ ਦੀਆਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਇਕਾਗਰਤਾ ਨਾਲ ਧਿਆਨ ਦੇ ਕੇ ਦੂਜਿਆਂ ਦੀ ਗੱਲ ਸੁਣਨਾ ਆਦਿ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨਾਲ ਮਨੁੱਖੀ ਜੀਵਨ ਮਧੂਰ ਬਣਦਾ ਹੈ ਇਸ ਪ੍ਰਕਾਰ ਦੀਆਂ ਕੋਸ਼ਿਸ਼ਾਂ ਦੀ ਆਦਤ ਰੱਖਣ ਵਾਲਾ ਮਨੁੱਖ ਹਰ ਇੱਕ ਦਾ ਪਿਆਰਾ ਹੋ ਜਾਂਦਾ ਹੈ ਸੱਭਿਅਕ ਵਿਅਕਤੀ ਸੱਜਣਤਾ ਦੀਆਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਮਨੁੱਖਤਾ ਦਾ ਅਲੰਕਾਰ ਮੰਨਦੇ ਹਨ ਤੇ ਇਹਨਾਂ ਨਾਲ ਆਪਣੇ ਤੇ ਦੂਜਿਆਂ ਦੇ ਜੀਵਨ ਨੂੰ ਮਧੂਰ ਬਣਾਉਣ ਦਾ ਯਤਨ ਕਰਿਆ ਕਰਦੇ ਹਨ ਕਈ ਵਾਰੀ ਅਸੀਂ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਮੈਂ ਦੂਜਿਆਂ ਦੇ ਲਈ ਪ੍ਰੀਆ ਆਕਰਸ਼ਕ ਕਦੇ ਨਹੀਂ ਬਣ ਸਕਦਾ ਮੇਰੀ ਸੁਭਾਵਕ ਰਚਨਾ ਹੀ ਐਸੀ ਹੋਈ ਹੈ ਕਿ ਮੈਂ ਕੁਦਰਤੋਂ ਹੀ ਘੱਟ ਬੋਲਣ ਵਾਲਾ ਸੰਕੋਚੀ ਸ਼ਰਮੀਲਾ ਆਤਮ ਵਿਸ਼ਵਾਸ ਰਹਿਤ ਇਕਾਤਰ ਮੇਰੇ ਚ ਇਹਨਾਂ ਸਾਹਸੀ ਨਹੀਂ ਕਿ ਹੋਰਾਂ ਤੋਂ ਖੁਦ ਨੂੰ ਅੱਗੇ ਕਰਕੇ ਪ੍ਰਦਰਸ਼ਨ ਕਰਾਂ ਮੇਰੇ ਹਿਰਦੇ 'ਚ ਲੋਕਾਂ ਦੇ ਪ੍ਰਤੀ ਦਇਆ ਭਾਵਨਾ ਪਰ ਮੈਂ ਉਹਨਾਂ ਨੂੰ ਆਪਣੀ ਤਰਫ ਆਕਰਸ਼ਿਤ ਕਰਨ ਦੀ ਪਹਿਲ ਕਰਨ ਚ ਸਮਰਥਾ ਮੈਂ ਜਾਣਦਾ ਹੀ ਨਹੀਂ ਕਿ ਕਿਸੇ ਵਿਅਕਤੀ ਨਾਲ ਪਹਿਲਾਂ ਗੱਲ ਕਿਵੇਂ ਕੀਤੀ ਜਾਂਦੀ ਹੈ ਮੇਰੀ ਤਾਂ ਜ਼ਬਾਨ ਹੀ ਬੰਦ ਰਹਿ ਜਾਂਦੀ ਹੈ ਮੈਂ ਤਾਂ ਸਖਤੇ ਚ ਰਹਿ ਜਾਂਦਾ ਲੋਕ ਮੌਕਾ ਮਿਲਦੇ ਹੀ ਮੈਥੋਂ ਦੂਰ ਖਿਸਕਣ ਦਾ ਯਤਨ ਕਰਦੇ ਹਨ ਕੋਈ ਕਮੈਂਟ ਦੇ ਲਈ ਮਾਫੀ ਮੰਗ ਕੇ ਬਹਾਨੇ ਨਾਲ ਚਲੇ ਜਾਂਦੇ ਹਨ ਤੇ ਫਿਰ ਕਦੇ ਨਹੀਂ ਪਰਤਦੇ ਦੂਜਿਆਂ ਨੂੰ ਪ੍ਰਸੰਨ ਕਰਨ ਦੀ ਮੇਰੀ ਇੱਛਾ ਦਬੀ ਦੀ ਦਬੀ ਰਹਿ ਜਾਂਦੀ ਹੈ ਤੇ ਇਸ ਨਾਲ ਝੇਮਪ ਤੇ ਖੇਜ ਵੱਧ ਜਾਂਦੀ ਹੈ ਨੌਜਵਾਨਾਂ ਵਿੱਚ ਇਹ ਦੋਸ਼ ਆਮ ਤੌਰ ਤੇ ਪਾਇਆ ਜਾਂਦਾ ਹੈ ਕਿ ਉਹ ਅੱਗੇ ਵਧ ਕੇ ਆਪਣੇ ਵਿਅਕਤੀਤਵ ਨੂੰ ਖੋਲ ਕੇ ਦੂਜਿਆਂ ਦੇ ਸਾਹਮਣੇ ਪ੍ਰਗਟ ਕਰਨ 'ਚ ਅਸਮਰਥ ਰਹਿੰਦੇ ਹਨ। ਉਹਨਾਂ ਵਿੱਚ ਯੋਗਤਾ ਜਾਂ ਸੱਜਣਤਾ ਦੀ ਕਮੀ ਨਹੀਂ ਹੁੰਦੀ ਪਰ ਝਿਜਕ ਦੇ ਕਾਰਨ ਉਹਨਾਂ ਦੇ ਗੁਣ ਮਨਚੀ ਛੁਪੇ ਰਹਿ ਜਾਂਦੇ ਹਨ। ਇਸ 'ਤੇ ਸ਼ੱਕ ਨਹੀਂ ਕਿ ਸੰਕੋਚੀ ਘੱਟ ਬੋਲਣ ਵਾਲੇ ਛਿੰਪੂ ਵਿਅਕਤੀ ਨੂੰ ਸੁਭਾਅ 'ਚ ਤਬਦੀਲੀ ਲਿਆਉਣ 'ਚ ਕਾਫੀ ਕਠਿਨਾਈ ਹੁੰਦੀ ਹੈ। ਫਰੇ ਦੇ ਨਾਲ ਜੇ ਯਤਨ ਕੀਤਾ ਜਾਏ ਤਾਂ ਇਹ ਕੋਈ ਅਸੰਭਵ ਕੰਮ ਨਹੀਂ ਹੈ ਦੂਜੇ ਬਿਨਾਂ ਸੰਕੋਚ ਸਾਡੇ ਕੋਲ ਆਉਣ ਖੁੱਲ ਕੇ ਗੱਲਬਾਤ ਕਰ ਸਕਣ ਹੱਸਦੇ ਮੁਸਕਰਾਉਂਦੇ ਆਪਣਾ ਹਿਰਦਾ ਸਾਡੇ ਸਾਹਮਣੇ ਖੋਲ ਸਕਣ ਸਾਡੇ ਵਿਅਕਤੀਤਵ ਚ ਜੇ ਅਜਿਹਾ ਆਕਰਸ਼ਨ ਹੈ ਤਾਂ ਸਾਡੇ ਲੋਕਪ੍ਰੀਆ ਹੋਣ ਚ ਦੇਰ ਨਹੀਂ ਲੱਗੇਗੀ ਕੁਝ ਲੋਕ ਇਹ ਸਮਝਦੇ ਆ ਕਿ ਲੋਕਪ੍ਰੀਅਤਾ ਪ੍ਰਾਪਤ ਕਰਨ ਦੇ ਲਈ ਛਲਪੂਰਨ ਕੂਟਨੀਤੀ ਜ਼ਰੂਰੀ ਹੁੰਦੀ ਹੈ ਪਰ ਅਸੀਂ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਸਾਡਾ ਮਤ ਹੈ ਕਿ ਲੋਕਪ੍ਰੀਤਾ ਦੇ ਲਈ ਜੋ ਗੁਣ ਜ਼ਰੂਰੀ ਹੈ ਉਹ ਹੈ ਹਿਰਦੇ ਦੀ ਸੱਚਾਈ ਤੇ ਇਮਾਨਦਾਰੀ ਇਸ ਗੁਣ ਦਾ ਸਥਾਨ ਕੋਈ ਖੂਬੀ ਨਹੀਂ ਲੈ ਸਕਦੀ ਕੋਈ ਕਾਰਨ ਨਹੀਂ ਕਿ ਅਸੀਂ ਦੂਜਿਆਂ ਵਿੱਚ ਰੁਚੀ ਲੈਣ ਦਾ ਬਹਾਨਾ ਨਹੀਂ ਕਰੀਏ ਸਾਨੂੰ ਵਾਸਤਵ ਵਿੱਚ ਹੀ ਦੂਜਿਆਂ 'ਚ ਰੁਚੀ ਲੈਣੀ ਚਾਹੀਦੀ ਹੈ ਤਾਂ ਕਿ ਬਹਾਨਾ ਜਾਂ ਦਿਖਾਵਾ ਕਰਨਾ ਚਾਹੀਦਾ ਹੈ ਅਸਲ 'ਚ ਦੂਸਰਿਆਂ ਵਿੱਚ ਸੱਚਾਈ ਨਾਲ ਰੁਚੀ ਲੈਣਾ ਆਸਾਨ ਹੈ ਦੂਜਿਆਂ ਦੇ ਬਾਰੇ 'ਚ ਜਾਣਕਾਰੀ ਪ੍ਰਾਪਤ ਕਰਨਾ ਉਹਨਾਂ ਦੇ ਕੰਮ ਜਾਂ ਪੇਸ਼ੇ ਨੂੰ ਜਾਣਨਾ ਉਹਨਾਂ ਦੇ ਸ਼ੌਕ ਤੇ ਉਹਨਾਂ ਦੀ ਰੁਚੀ ਦੀਆਂ ਵਸਤੂਆਂ ਜਾਣਨਾ ਜ਼ਿਆਦਾ ਆਸਾਨ ਹੈ। ਕੇਵਲ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਉਹਨਾਂ 'ਚ ਰੁਚੀ ਲੈਣਾ ਜਾਂ ਹਮਦਰਦੀ ਜ਼ਾਹਰ ਕਰਨਾ ਠੀਕ ਨਹੀਂ ਹੈ। ਬਹਾਨਾ, ਛਲ, ਦਿਖਾਵਾ ਆਦ ਅੰਤ ਵਿੱਚ ਘਾਤਕ ਹੀ ਸਿੱਧ ਹੁੰਦੇ ਹਨ। ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ ਤੁਹਾਡੇ ਕੋਲੋਂ ਸੱਚਾਈ, ਇਮਾਨਦਾਰੀ, ਸਿਹਰਦਤਾ, ਸਦਬਿਹਾਰ ਦੀ ਆਸ ਕਰਦੇ ਹਨ। ਜੇ ਉਹਨਾਂ ਨੂੰ ਪਤਾ ਚੱਲ ਜਾਏ ਕਿ ਤੁਸੀਂ ਇਹਨਾਂ ਗੱਲਾਂ ਦਾ ਸਿਰਫ ਦਿਖਾਵਾ ਜਾਂ ਬਿਨੇ ਕਰ ਰਹੇ ਹੋ ਜੇ ਤੁਸੀਂ ਉਹਨਾਂ ਨੂੰ ਛਲਣ ਦਾ ਯਤਨ ਕਰ ਰਹੇ ਹੋ ਤਾਂ ਤੁਹਾਡੇ ਪ੍ਰਤੀ ਉਹਨਾਂ ਦਾ ਸਨੇਹ ਤੇ ਆਦਰ ਉਸੇ ਪਲ ਘੱਟ ਹੋ ਜਾਏਗਾ ਤੁਸੀਂ ਉਹਨਾਂ ਦਾ ਆਪਣੇ ਪ੍ਰਤੀ ਵਿਸ਼ਵਾਸ ਭਾਵਨਾ ਖੋ ਬੈਠੋਗੇ ਇਹ ਵਿਸ਼ਵਾਸ ਭਾਵਨਾ ਹੀ ਆਦਰ ਸਨੇਹ ਤੇ ਮਿੱਤਰਤਾ ਦੀ ਨਹੀਂ ਹੈ ਬੇਵਕੂਫ ਕੋਈ ਨਹੀਂ ਬਣਨਾ ਚਾਹੁੰਦਾ ਕੋਈ ਨਹੀਂ ਚਾਹੁੰਦਾ ਕਿ ਇੱਕ ਸਮਾਜਿਕ ਕੂਟਨੀਤਕ ਉਹਨੂੰ ਬੋਲੀ ਦੇ ਛਲ ਨਾਲ ਮੂਰਖ ਬਣਾਵੇ ਜਿਵੇਂ ਕਿ ਇੱਕ ਸਵਾਰਥੀ ਰਾਜਨੀਤਿਕ ਮਿੱਠੀਆਂ ਗੱਲਾਂ ਬਣਾ ਕੇ ਮਤਦਾਤਿਆਂ ਦੇ ਵੋਟ ਠੱਗਦਾ ਹੈ ਅਸੀਂ ਸਾਰੇ ਦੂਜਿਆਂ ਤੋਂ ਪੂਰੀ ਸੱਚਾਈ ਇਮਾਨਦਾਰੀ ਅਸਲੀਅਤ ਤੇ ਹਾਰਦਿਕਤਾ ਦੀ ਆਸ ਕਰਦੇ ਹਾਂ ਇਸ ਲਈ ਸਾਨੂੰ ਵੀ ਦੂਜਿਆਂ ਦੇ ਪ੍ਰਤੀ ਵੈਸਾ ਵਿਹਾਰ ਕਰਨਾ ਚਾਹੀਦਾ ਹੈ ਜੈਸਾ ਅਸੀਂ ਉਹਨਾਂ ਤੋਂ ਚਾਹੁੰਦੇ ਹਾਂ ਜੇ ਤੁਸੀਂ ਚਿਹਰੇ ਤੇ ਮੁਖਾਟਾ ਲਗਾ ਕੇ ਗੱਲ ਕਰਦੇ ਹੋ ਤਾਂ ਲੋਕਾਂ ਦੀ ਸੂਖਮ ਦ੍ਰਿਸ਼ਟੀ ਜਲਦੀ ਮੁਖਾਟੇ ਦੇ ਪਿੱਛੇ ਵੜ ਕੇ ਤੁਹਾਡੇ ਅਸਲੀ ਵਿਚਾਰਾਂ ਨੂੰ ਵੇਖ ਲਏਗੀ ਜੇ ਤੁਹਾਡੀ ਇਹ ਕਾਮਨਾ ਹੈ ਕਿ ਲੋਕ ਤੁਹਾਡੇ 'ਚ ਰੁਚੀ ਲੈਣ ਤਾਂ ਤੁਹਾਨੂੰ ਵੀ ਉਹਨਾਂ 'ਚ ਰੁਚੀ ਲੈਣੀ ਪਵੇਗੀ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਨਾ ਇੱਕ ਉੱਤਮ ਕਲਾ ਹੈ ਦੂਜੇ ਵਿਅਕਤੀ ਨੂੰ ਜਿਆਦਾ ਹੀ ਪਤਾ ਚੱਲਦਾ ਹੈ ਕਿ ਤੁਸੀਂ ਉਹਨਾਂ ਉਹਦੀ ਗੱਲ ਨੂੰ ਬੜੇ ਗੌਰ ਨਾਲ ਸੁਣ ਰਹੇ ਹੋ ਇਸ ਨਾਲ ਉਹਨੂੰ ਆਪਾਰ ਖੁਸ਼ੀ ਹੁੰਦੀ ਹੈ ਉੱਤਮ वार्तालाਪੀ ਹੋਣ ਦੇ ਬਾਅਦ ਚੰਗਾ ਸਰੋਤਾ ਬਣਨਾ ਸਭ ਤੋਂ ਚੰਗਾ ਗੁਣ ਹੈ ਪਰ ਜੇ ਤੁਸੀਂ ਅਣਗਹਿਲੀ ਵਿਖਾਉਂਦੇ ਹੋ ਲਾਪਰਵਾਹੀ ਨਾਲ ਸੁਣਦੇ ਹੋ ਜਾਂ ਟਾਲ ਜਾਂਦੇ ਹੋ ਜੇ ਤੁਸੀਂ ਗੱਲ ਸੁਣਦੇ ਹੋਏ ਆਪਣੀਆਂ ਅੱਖਾਂ ਦੂਜੇ ਪਾਸੇ ਫੇਰ ਲੈਂਦੇ ਹੋ ਜਾਂ ਜੇ ਆ ਪ੍ਰਗਟ ਕਰਦੇ ਹੋ ਕਿ ਤੁਸੀਂ ਅੱਕ ਗਏ ਹੋ ਤਾਂ ਤੰਗ ਆ ਗਏ ਹੋ ਤਾਂ ਬੋਲਣ ਵਾਲਾ ਵੀ ਤੁਹਾਡੇ 'ਚ ਰੁਚੀ ਲੈਣੀ ਛੱਡ ਦੇਗਾ ਇੱਕ ਤਈ ਜ਼ਰੂਰੀ ਨਹੀਂ ਕਿ ਲੋਕਪ੍ਰੀਏ ਬਣਨ ਦੇ ਲਈ ਤੁਸੀਂ ਬਹੁਤ ਮਹਾਨ ਵਾਰਤਾਲਾਪਕੁਸ਼ਲ ਬਣੋ ਪਰ ਜੇ ਤੁਸੀਂ ਲੋਕਪ੍ਰੀਏ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗਾ ਸਰੋਤਾ ਬਣਨਾ ਜ਼ਰੂਰੀ ਨਹੀਂ ਅਤ ਜ਼ਰੂਰੀ ਹੈ ਮੈਂ ਇੱਕ ਅਜਿਹੀ ਔਰਤ ਨੂੰ ਜਾਣਦਾ ਜੋ ਬਹੁਤ ਜ਼ਿਆਦਾ ਲੋਕਪ੍ਰੀਏ ਹੈ ਚਾਹੀ ਉਹ ਘੱਟ ਬੋਲਦੀ ਹੈ ਫਿਰ ਵੀ ਜਿਸ ਸਮੇ ਉਹ ਦੂਜਿਆਂ ਦੀ ਗੱਲ ਸੁਣ ਰਹੀ ਹੁੰਦੀ ਹੈ ਉਸ ਸਮੇ ਉਹਦੇ ਚਿਹਰੇ ਤੇ ਦੇਖਣਯੋਗ ਭਾਵ ਪਰਿਵਰਤਨ ਹੁੰਦੇ ਹਨ ਜੇ ਤੁਸੀਂ ਆਪਣੇ ਮਨ 'ਚ ਨਿਸ਼ਚਾ ਕਰ ਲਓ ਕਿ ਜਿਹਨੂੰ ਤੁਸੀਂ ਮਿਲਦੇ ਹੋ ਉਸ 'ਚ ਤੁਹਾਡੀ ਰੁਚੀ ਦੀ ਕੋਈ ਨਾ ਕੋਈ ਗੱਲ ਹੈ ਤੁਸੀਂ ਉਹਨੂੰ ਜਾਣ ਕੇ ਹੀ ਰਹੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਉਸ ਨਾਲ ਕਿੰਨੀ ਆਸਾਨੀ ਨਾਲ ਗੱਲਬਾਤ ਕਰਨ 'ਚ ਸਮਰੱਥ ਹੁੰਦੇ ਹੋ ਕੌੜਾ ਬੋਲਣ ਵਾਲਾ ਉਦਾਸ ਮਨ ਵਾਲਾ ਭੈੜੀ ਨਜ਼ਰ ਵਾਲਾ ਵਿਅੰਗ ਕੱਸਣ ਵਾਲੇ ਲੋਕ ਅਕਸਰ ਹੈਰਾਨ ਹੁੰਦੇ ਐ ਕਿ ਉਹ ਲੋਕਪ੍ਰੀਅ ਕਿਉਂ ਨਹੀਂ ਹਨ ਕਿਉਂ ਲੋਕ ਉਹਨਾਂ ਤੋਂ ਦੂਰ ਰਹਿਣ ਦਾ ਯਤਨ ਕਰਦੇ ਹਨ ਪਰੀਸਤ ਹੈਰਾਨੀ ਦੀ ਕੋਈ ਗੱਲ ਨਹੀਂ ਇਹਦਾ ਕਾਰਨ ਇਹ ਹੈ ਕਿ ਹਰੇਕ ਵਿਅਕਤੀ ਸੂਰਜ ਦੀ ਰੋਸ਼ਨੀ ਚ ਜਾਣਾ ਚਾਹੁੰਦਾ ਤੇ ਪ੍ਰਸੰਨ ਚਿੱਤਤਾ ਜੀਵਨ ਦਾ ਪ੍ਰਕਾਸ਼ ਹੈ ਜੀਵਨ ਦੀ ਤੋਪ ਹੈ ਜਿਸ ਪ੍ਰਕਾਰ ਲੋਕ ਹਨੇਰੇ ਨੂੰ ਪਸੰਦ ਨਹੀਂ ਕਰਦੇ ਇਸੇ ਪ੍ਰਕਾਰ ਮਨਹੂਸ ਆਦਮੀ ਨੂੰ ਵੀ ਉਹ ਪਸੰਦ ਨਹੀਂ ਕਰਦੇ ਸਾਨੂੰ ਮਿਲਾਪ ਪਿਆਰਾ ਹੈ ਵੈਰ ਵਿਰੋਧ ਨਹੀਂ ਸਾਨੂੰ ਪ੍ਰਸੰਤਾ ਪਿਆਰੀ ਹੈ ਉਦਾਸੀ ਨਹੀਂ ਸਾਨੂੰ ਆਨੰਦ ਪਿਆਰਾ ਹੈ ਸੋਗ ਨਹੀਂ ਬੇਮਨ ਰਹਿਣਾ ਮਨੁੱਖੀ ਸੁਭਾਅ ਦੀ ਪਿਆਰੀ ਚੀਜ਼ ਨਹੀਂ ਹੈ ਲੋਕਪ੍ਰਿਅਤਾ ਖੋਣ ਦਾ ਕਾਰਨ ਆਮ ਤੌਰ ਤੇ ਮਨੁਭ੍ਰਿਤੀ ਵਿੱਚ ਪੂਰਨ ਪਰਿਵਰਤਨ ਕਰਨਾ ਹੁੰਦਾ ਹੈ ਜੇ ਤੁਹਾਡੀ ਮਨੁਭ੍ਰਿਤੀ ਨਕਾਰਾ ਹੋ ਗਈ ਹੈ ਤੇ ਤੁਹਾਡੀ ਲੋਕਪ੍ਰਿਅਤਾ 'ਚ ਜ਼ਰੂਰ ਕਮੀ ਆ ਜਾਏਗੀ ਸਿਰਫ ਰਚਨਾਤਮਕ ਤੇ ਹਾਂ ਪੱਖੀ ਗੁਣਾਂ ਦੁਆਰਾ ਹੀ ਤੁਸੀਂ ਦੂਜਿਆਂ ਨੂੰ ਆਕਰਸ਼ਿਤ ਕਰ ਸਕਦੇ ਹੋ ਚਿੰਤਾ ਭੈਰ ਨਿਰੁਦਸ਼ਾ ਪਛਤਾਵਾ ਅਫਸੋਸਾਦ ਨਾ ਪੱਖੀ ਵਿਰਤੀਆਂ ਹਨ ਇਹ ਹਰ ਸਮੇਂ ਤੇ ਹਰ ਜਗ੍ਹਾ ਲੋਕਪ੍ਰਿਅਤਾ ਦੇ ਲਈ ਕਾਤਕ ਹਨ ਸਵਾਰਥੀਪਣ ਦੇ ਸਾਰੇ ਰੂਪ ਸਾਰੇ ਨਕਾਰਾਤਮਕ ਭਾਵ ਕਿਰਣਾ ਜਲਨ ਕੁੜਨ ਈਰਖਾ ਅਜੇ ਦੋਸ਼ਨ ਕਿ ਜੇ ਤੁਹਾਡੇ ਚ ਹਨ ਤਾਂ ਲੋਕ ਤੁਹਾਤੋਂ ਦੂਰ ਹੀ ਭੱਜਣਗੇ ਇਹਨਾਂ ਦੇ ਉਲਟ ਜੇ ਤੁਹਾਡੇ ਚ ਸਨੇਹ ਪ੍ਰੇਮ ਦਿਆ ਉਦਾਰਤਾ ਮਧੁਰਤਾ ਪਰਉਪਕਾਰਤਾ ਤੇ ਸੁੰਦਰਤਾਤ ਗੁਣ ਹਨ ਤਾਂ ਤੁਸੀਂ ਉਸੇ ਪ੍ਰਕਾਰ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੋਗੇ ਜਿਵੇਂ ਚੁੰਬਕ ਲੋਹੇ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਮਾਤਾ ਪਿਤਾ ਤੇ ਗੁਰੂਆਂ ਦਾ ਇੱਕ ਕਰਤਵ ਹੈ ਕਿ ਬਾਲਕ ਬਾਲਕਾਵਾਂ ਵਿੱਚ ਰਚਨਾਤਮਕ ਗੁਣਾਂ ਦਾ ਵਿਕਾਸ ਕਰਨ ਦਾ ਯਤਨ ਕਰਿਆ ਕਰਨਾ ਜੇ ਉਹ ਦੇਖਣ ਕਿ ਕੋਈ ਬਾਲਕ ਸੁਭਾਤੋਂ ਇੱਕ ਦਬੂ ਘੱਟ ਬੋਲਣ ਵਾਲਾ ਸ਼ਰਮੀਲਾ ਸੰਕੋਚੀ ਤੇ ਕਾਤਰ ਹੈ ਉਸ ਚ ਸਮਾਜਿਕਤਾ ਦੇ ਗੁਣਾਂ ਦੀ ਕਮੀ ਹੈ ਉਹਨਾਂ ਨੂੰ ਚਾਹੀਦਾ ਉਸ ਕਮੀ ਨੂੰ ਦੂਰ ਕਰਕੇ ਉਹਨਾਂ ਚੋ ਸਮਾਜਿਕ ਗੁਣਾਂ ਦਾ ਵਿਕਾਸ ਕਰਨ ਦਾ ਯਤਨ ਕਰਨ ਕਿਉਂਕਿ ਇਸੇ ਪਰਿਵਰਤਨ ਉੱਤੇ ਸਮਾਜ ਵਿੱਚ ਉਹਨਾਂ ਦਾ ਭਵਿੱਖ ਛੁਪਿਆ ਹੈ ਇਸੇ ਉੱਤੇ ਉਹਨਾਂ ਦੀ ਭਾਵੀ ਲੋਕਪ੍ਰਿਅਤਾ ਆਸ਼ਰਿਤ ਹੈ ਕਿਸੇ ਦੇ ਜੀਵਨ ਚ ਸਫਲ ਹੋਣ ਦੀ ਸਮਰੱਥਾ ਜੀਵਨ ਨੂੰ ਆਨੰਦਪਰਪੂਰ ਬਣਾਉਣ ਦੀ ਸ਼ਕਤੀ ਇਸ ਪ੍ਰਕਾਰ ਦੀ ਟ੍ਰੇਨਿੰਗ ਨਾਲ ਹੀ ਪ੍ਰਾਪਤ ਹੁੰਦੀ ਹੈ ਜੋ ਬਾਲਕ ਆਪਣੇ ਹਮਜੋਲੀਆ ਚ ਸਰਪ੍ਰੀਅ ਹੁੰਦੇ ਹਨ ਉਹੀ ਅਕਸਰ ਭਾਵੀ ਜੀਵਨ ਵਿੱਚ ਅਤਿਅੰਤ ਲੋਕਪ੍ਰੀਅ ਸਿੱਧ ਹੁੰਦੇ ਹਨ ਇਸ ਟ੍ਰੇਨਿੰਗ ਦਾ ਬੜਾ ਪ੍ਰਭਾਵ ਪੈਂਦਾ ਹੈ ਜੇ ਠੀਕ ਢੰਗ ਨਾਲ ਅਜਿਹੀ ਟ੍ਰੇਨਿੰਗ ਮਿਲੇ ਤਾਂ ਬਾਲਕ ਵਿੱਚ ਆਕਰਸ਼ਕ ਰੁਚੀਕਰ ਤੇ ਮੋਹਕ ਵਿਅਕਤੀਤਵ ਦੇ ਗੁਣ ਉਦੇ ਹੁੰਦੇ ਹਨ ਜੋ ਸਮਾਜ ਵਿੱਚ ਉਹਦੀ ਭਾਵ ਸਥਿਤੀ ਦਾ ਆਧਾਰ ਸਿੱਧ ਹੁੰਦੇ ਹਨ ਤੇ ਜੇ ਇਸ ਪ੍ਰਕਾਰ ਦੀ ਟ੍ਰੇਨਿੰਗ ਬਾਲਕ ਨੂੰ ਨਾ ਪ੍ਰਾਪਤ ਹੋਵੇ ਉਹ ਸੁਭਾਤੋਂ ਦੱਬੂ ਸ਼ਰਮੀਲਾ ਕਾਤਰ ਹੋਵੇ ਤਾਂ ਉਹਦਾ ਵਿਕਤੀਤ ਅਸਮਾਜਿਕ ਰਹਿ ਜਾਂਦਾ ਹੈ ਧੰਨਵਾਦ ਚਲਦਾ